ਕੋਸ਼ਿਸ਼ ਕਰੀ ਦੀ ਹੈ ਕਿ ਦੋਸਤਾਂ ਨੂੰ ਜਾਨਵਰ ਦਾ ਰਿਵਿਊ ਕਰਵਾਈਏ, ਅੰਗ ਅੰਗ ਦਿਖਾਈਏ। ਮਾਸ਼ਾਅੱਲਾ ਵੱਛੀ ਬੜੀ ਖੂਬਸੂਰਤ, ਲਾਜਵਾਬ, ਮਾਂ ਨਾਲੋਂ ਜ਼ਿਆਦਾ ਮਾਸ਼ਾਅੱਲਾ ਖੂਬਸੂਰਤ ਵੱਛੀ। ਬਾਕੀ ਆਰਡਰ ਕੁਆਲਿਟੀ ਗਾਂ ਦਾ ਵੀ ਚੈੱਕ ਕਰ ਲੈਣਾ ਕਰਮ ਵਾਲੀ ਦਾ। ਮਾਸ਼ਾਅੱਲਾ ਥੱਬਿਆਂ ਦਾ ਹਵਾਨਾ ਲਈ ਫਿਰਦੀ ਹੈ, ਮਸ਼ਕਾਂ ਲਾਈ ਫਿਰਦੀ ਦੋਸਤੋ, ਤਸੱਲੀਆਂ ਕਰ ਲੈਣੀਆਂ ਨੇ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਦੋਸਤੋ, ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਸਾਡਾ ਐਨੀਮਲ ਟੀਵੀ। ਮੈਂ ਤੁਹਾਡਾ ਮੇਜ਼ਬਾਨ ਆਸਮ ਹਸਨੈਨ। ਸਭ ਤੋਂ ਪਹਿਲੇ ਅਗਰ ਤੁਸੀਂ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਦੋਸਤੋ ਤੁਸੀਂ ਲਾਜ਼ਮੀ ਕੀਤਾ ਕਰੋ। ਤੁਹਾਡੇ ਵਾਸਤੇ ਸਫ਼ਰ ਕਰਨਾ ਇੰਨੀ ਸ਼ਦੀਦ ਗਰਮੀ ਦੇ ਵਿੱਚ ਬਾਹਰ ਦੇ ਵਿੱਚੋਂ ਦੋਸਤਾਂ ਵਾਸਤੇ ਜਾਨਵਰ ਗੱਡੀ ਦਾ ਤੁਹਾਡਾ ਵੀ ਹੱਕ ਬਣਦਾ ਕਿ ਮੇਰੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕੀਤਾ ਕਰੋ। ਬਾਕੀ ਅੱਜ ਮਾਸ਼ਾਅੱਲਾ ਦੋਸਤਾਂ ਵਾਸਤੇ ਇੱਕ ਅਨਮੋਲ ਜਾਨਵਰ ਲੈ ਕੇ ਆਉਂਦਾ ਜਨਾਬ। ਗੱਲਾਂ ਕਰਾਂਗੇ ਖਰੀਆਂ ਅਤੇ ਸੱਚੀਆਂ। ਮਾਸ਼ਾਅੱਲਾ ਚੋਲਸਤਾਨੀ ਅਤੇ ਜਰਸੀ ਦਾ ਕਰਾਸ, ਜਿਹਨੂੰ ਕਹਿੰਦੇ ਨੇ ਜਰਸੀ ਦਾ ਕਰਾਸ, ਅੱਜ ਉਹ ਦੋਸਤੋ ਤੁਹਾਡੇ ਵਾਸਤੇ ਵਿਹੜੀ ਲੈ ਕੇ ਆਉਂਦੀ ਆ। ਮਾਸ਼ਾਅੱਲਾ ਦੇ ਕਮੈਂਟ ਤੁਸੀਂ ਲਾਜ਼ਮੀ ਕਰ ਰਹੇ ਨੇ, ਤਸੱਲੀਆਂ ਕਰ ਲੈਣੇ ਨੇ। ਆਰਡਰ ਕੁਆਲਿਟੀ ਵੇਖਣਾ ਕਰਮ ਵਾਲੀ ਦਾ, ਫੜਾ ਲਾ ਹਵਾਨਾ। ਮਾਸ਼ਾਅੱਲਾ ਗਿੱਠ ਗਿੱਠ ਪੱਟਾਂ ਤੋਂ ਬਾਹਰ ਲਈ ਫਿਰਦੀ ਹੈ, ਤਸੱਲੀਆਂ ਕਰ ਲੈਣੀਆਂ ਦੋਸਤੋ ਤੁਸੀਂ। ਤਸੱਲੀਆਂ ਕਰਾਵਣ 'ਚ ਤੁਹਾਡਾ ਵੀਰ ਕਸਰਾਂ ਨਹੀਂ ਛੱਡਦਾ। ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਢੋਲ ਬੰਨੀ ਫਿਰਦੀ, ਢੋਲ ਬੰਨੀ ਫਿਰਦੀ, ਤਸੱਲੀਆਂ ਕਰ ਲੈਣੀਆਂ ਨੇ। ਮਾਸ਼ਾਅੱਲਾ ਮੁੱਠ ਭਰਵੇਂ ਪਾਵਰ ਵਾਲੇ ਦੋਸਤੋ, ਥਣ ਕਰਮ ਵਾਲੀ ਨੂੰ ਲੱਗੇ ਨੇ, ਮੁੱਠ ਮੁੱਠ ਦਾ ਥਾਣ ਹੈ ਦੋਸਤੋ, ਵਾਧੇ ਤੌਰ 'ਤੇ ਦੇਖ ਲੈਣਾ ਚਾਰੇ ਥਣ। ਮਾਸ਼ਾਅੱਲਾ ਪੀੜ੍ਹੀ ਦੇ ਪਾਵਿਆਂ ਤਰ੍ਹਾਂ ਬਰਾਬਰ, ਇੱਧਰੋਂ ਪੱਟਾਂ ਤੋਂ ਬਾਹਰ ਮਾਸ਼ਾਅੱਲਾ ਹਵਾਨਾ ਲਈ ਫਿਰਦੀ, ਉੱਧਰੋਂ ਧੁੰਨੀ ਤਿਕਰ ਹਵਾਨਾ ਲਈ ਖਲੋਤੀ ਹੈ। ਕਰਮ ਵਾਲੀ ਦੇ ਤੁਸੀਂ ਦੋਸਤੋ ਕੱਦ ਚੈੱਕ ਕਰ ਲੈਣਾ, ਬਿਲਕੁਲ ਬਰੀਕ ਚਮੜੀ ਦੇ ਵਿੱਚ, ਆਹ ਬਰੀਕ ਚਮੜੀ, ਬਿਲਕੁਲ ਬਰੀਕ ਚਮੜੀ 'ਚ ਜਰਸੀ ਦੀ ਪਹਿਚਾਣ ਕਰਨੀ ਦੋਸਤੋ। ਚਾਰ ਉਂਗਲ, ਛੋਟੇ ਛੋਟੇ ਕੰਨ, ਬਰੀਕ ਬੁੱਥੀ, ਸਿੰਘ ਚੁੰਗਾ, ਬਿਲਕੁਲ ਸਿੰਘ ਚੁੰਗਾ। ਜਰਸੀ ਦੇ ਇੱਧਰ ਮੂੰਹ, ਮੂੰਹ ਦੋਸਤ ਦੇਖ ਲਓ, ਦੇਖ ਕੰਨੀਆਂ ਵਾਲੇ ਹੁਣ ਬਰਾਬਰ ਕਰਨ ਡਈ, ਠੀਕ ਹੋ ਗਿਆ। ਮਾਸ਼ਾਅੱਲਾ ਦੋਸਤੋ, ਮਗਰੋਂ ਦੋਸਤੋ ਵੱਛੀ ਦੇ ਤੁਸੀਂ ਪਹਿਲੇ ਵਿਜ਼ਿਟ ਕਰੋ, ਪਿੰਕ ਨੋਜ਼ ਆ ਮਾਸ਼ਾਅੱਲਾ। ਬਾਕੀ ਰੈੱਡ ਫਰੀਜ਼ਨ ਦੇ ਵਿੱਚ ਕਰਾਸ ਅਬਲਕ ਕਲਰ ਦੇ ਵਿੱਚ ਵੱਛੀ ਬੜੀ ਖੂਬਸੂਰਤ ਹੈ, ਤਸੱਲੀਆਂ ਕਰ ਲੈਣੀਆਂ ਦੋਸਤੋ ਤੁਸੀਂ। ਤਸੱਲੀਆਂ ਕਰਾਵਣ 'ਚ ਹਮੇਸ਼ਾ ਤੋਂ ਹੀ ਤੁਹਾਡਾ ਵੀਰ ਕਸਰਾਂ ਨਹੀਂ ਛੱਡਦਾ, ਕੋਸ਼ਿਸ਼ ਕਰੀ ਦੀ ਹੈ ਕਿ ਦੋਸਤਾਂ ਨੂੰ ਜਾਨਵਰ ਦਾ ਰਿਵਿਊ ਕਰਵਾਈਏ, ਅੰਗ ਅੰਗ ਦਿਖਾਈਏ। ਮਾਸ਼ਾਅੱਲਾ ਵੱਛੀ ਬੜੀ ਖੂਬਸੂਰਤ, ਲਾਜਵਾਬ, ਮਾਂ ਨਾਲੋਂ ਜ਼ਿਆਦਾ ਮਾਸ਼ਾਅੱਲਾ ਖੂਬਸੂਰਤ ਵੱਛੀ। ਬਾਕੀ ਆਰਡਰ ਕੁਆਲਿਟੀ ਗਾਂ ਦਾ ਵੀ ਚੈੱਕ ਕਰ ਲੈਣਾ ਕਰਮ ਵਾਲੀ ਦਾ। ਮਾਸ਼ਾਅੱਲਾ ਥੱਬਿਆਂ ਦਾ ਹਵਾਨਾ ਲਈ ਫਿਰਦੀ ਹੈ, ਮਸ਼ਕਾਂ ਲਾਈ ਫਿਰਦੀ ਦੋਸਤੋ, ਤਸੱਲੀਆਂ ਕਰ ਲੈਣੀਆਂ ਨੇ ਤੁਸੀਂ। ਮਾਸ਼ਾਅੱਲਾ ਮਾਸ਼ਾਅੱਲਾ, ਬਾਕੀ ਕੱਦ ਵੇਖ ਲੈਣਾ ਦੋਸਤੋ, ਲਾਮ ਚੈੱਕ ਕਰਨੀ ਕਰਮ ਵਾਲੀ ਦੀ, ਆਰਡਰ ਕੁਆਲਿਟੀ ਵੇਖਣਾ ਹੈ। ਮਾਸ਼ਾਅੱਲਾ ਕੋਈ ਲੱਤ 'ਚ ਵਾਧਾ ਘੱਟ ਨਹੀਂ, ਕੋਈ ਬਾਂ ਨਹੀਂ ਦੋਸਤੋ, ਕੋਈ ਸਰਨ ਨਹੀਂ। ਮਾਸ਼ਾਅੱਲਾ ਤੋਰੇ ਫੇਰੇ ਦੀ ਵੀ ਬੜੀ ਲਾਜਵਾਬ ਹੈ, ਤਸੱਲੀਆਂ ਕਰ ਲੈਣੀਆਂ ਨੇ, ਆਰਡਰ ਕੁਆਲਿਟੀ ਦੀਆਂ ਵੀ। ਮਾਸ਼ਾਅੱਲਾ ਥੱਬਿਆਂ ਦਾ ਹਵਾਨਾ ਲਾਈ ਫਿਰਦੀ ਇਹ ਦੋਸਤੋ, ਜਰਸੀ ਅਤੇ ਚੋਲਸਤਾਨੀ ਕਰਾਸ ਦੇ ਵਿੱਚ ਵਿਹੜੀ ਹੈ। ਅਲਹਮਦੁਲਿਲਾ ਦੋਸਤਾਂ ਵਾਸਤੇ ਕੋਸ਼ਿਸ਼ ਕਰੀ ਦੀ, ਜਿਹੜਾ ਚੰਗੇ ਜਾਨਵਰਾਂ ਦੇ ਬਣਾ, ਮਗਰ ਤੇ ਵੇਖ ਮਾਸ਼ਾਅੱਲਾ, ਮਗਰ ਮਾਸ਼ਾਅੱਲਾ ਤੋਹਫਾ ਹੀ ਜੇ
ਵੱਛੀ ਬੜੀ ਖੂਬਸੂਰਤ ਹੈ। ਉੱਤੋਂ ਦੋਸਤੋ ਵੇਖ ਲੈਣਾ, ਬਿਲਕੁਲ ਪੱਧਰ ਪਈ ਹੋਈ ਹੈ। ਗਰਮੀ ਸਰਦੀ ਟੈਂਪਰੇਚਰ ਬਰਦਾਸ਼ਤ ਕਰਨ ਵਾਲਾ ਜਾਨਵਰ ਹੈ। ਇਹ ਨਹੀਂ ਕਿ ਗਰਮੀ 'ਚ ਜਾਨਵਰ ਟੈਂਪਰੇਚਰ ਬਰਦਾਸ਼ਤ ਨਾ ਕਰੇ। ਗਰਮੀ ਸਰਦੀ ਦੀ ਸ਼ਹਿਜ਼ਾਦੀ ਹੈ ਵੈੜੀ। ਮਾਸ਼ਾਅੱਲਾ, ਵੱਛੀ ਦੀਆਂ ਖੂਬਸੂਰਤੀਆਂ ਚੈੱਕ ਕਰਨੀਆਂ ਨੇ, ਪ੍ਰਿੰਟ ਚੈੱਕ ਕਰਨਾ। ਲਓ ਭਾਈ ਆਸਮ, ਬਹਿਣੀਆਂ ਅਗਲਾ ਭਾਈ ਆਸਮ ਦਿਖਾ ਦਿਓ। ਠੀਕ ਹੋ ਗਿਆ ਜੀ। ਹਾਂ, ਬਹਿਣੀਆਂ ਅਗਲਾ ਭਾਈ ਆਸਮ ਠੀਕ ਹੋ ਗਿਆ। ਮਾਸ਼ਾਅੱਲਾ ਚਵਾ। ਚਲੋ ਕਰੋ ਚਲਾਈ। ਮਾਸ਼ਾਅੱਲਾ ਦੋਸਤੋ, ਮੁੱਠ ਭਰਵੇਂ ਪਾਵਰ ਵਾਲੇ ਥਾਣ ਨੇ ਕਰਮ ਵਾਲੀ ਦੇ। ਮਾਸ਼ਾਅੱਲਾ ਦੋਸਤੋ, ਚਵਾ ਬੜਾ ਨਰਮ ਹੈ ਕਰਮ ਵਾਲੀ ਦਾ। ਥੋੜ੍ਹੀ ਜਿਹੀ ਮੋਟੀ ਕਾਰਵਾਈ ਦੇਖੀ। ਜਿਹੜਾ ਬੰਦਾ ਭਾਈ ਆਸਮ ਜਾਸੀ ਰੱਖਦਾ ਉਹਨੂੰ ਪਤਾ ਹੈ ਬਿਲਕੁਲ ਕਿ ਇਹਦੀਆਂ ਕੀ ਜੱਸਾਂ ਨੇ।
ਜਿਹੜਾ ਢੋਲ ਬਣੀ ਫਿਰਦੀ ਸੀ ਅੱਲਾ ਦੇ ਹੁਕਮ ਨਾਲ ਉਵੇਂ ਕੱਢ ਕੇ ਸਾਰਾ ਨੁੱਚੜ ਕੇ ਭੋਰਾ ਕੇ ਚੱਲੀ ਮਾਸ਼ਾਅੱਲਾ ਉਵੇਂ ਹਵਾਨਾ ਨੁੱਚੜਦਾ ਜਾਂਦਾ ਹੈ ਨਾਲ ਦੀ ਨਾਲ ਕੀ ਹੋਇਆ ਚੱਲ ਜਾ ਘਰੋਂ ਕੋਈ ਬਾਲਟੀ ਫੜ ਲਿਆ ਦੁੱਧ ਮਿਲਣ ਵਾਸਤੇ ਘਰੋਂ ਰੁਪਏ ਰੱਖ ਲਿਆ ਪੁੱਤਰੇ ਕਿੰਨੀ ਜੀ ਗਿਫਟ ਬਾਲਟੀ ਤੇ ਰੱਖ ਲਿਆ ਸਾ ਪੈਰ ਬਾਲਟੀ ਦੇ ਉੱਤੇ ਰੱਖ ਲਿਆ ਇੰਨੀ ਸੀਲ ਮਾਸ਼ਾਅੱਲਾ ਪੱਟਾਗਾ ਭਈਆ ਸੰਭਾਲ ਠੀਕ ਹੈ ਠੀਕ ਹੋਵੇ ਵੀ ਨਹੀਂ ਪਤਾ ਲਾਇਆ ਮਾਸ਼ਾਅੱਲਾ ਨਾ ਤਾਂ ਸੋਈਏ ਤੇ ਆਪਾਂ ਲਾਇਆ ਹੀ ਨਹੀਂ ਗਿਆ ਢੰਗ ਬੱਚੇ ਜੋ ਕਦ ਹਾਰੀ ਵੀ ਆਪਾਂ ਕਿੰਨਾ ਦੁੱਧ ਛੱਡੇ ਆ ਮਾਸ਼ਾਅੱਲਾ ਦੋਸਤੋ ਬਸ ਬਾਲਟੀਆਂ ਸਾਹਮਣੇ ਹੀ ਰੱਖੀਆਂ ਬੱਚੇ ਤੋਂ ਬੱਚੇ ਨੇ ਵੀ ਸੋਚੀ ਅਜੇ ਬੱਚੀ ਰੱਜ ਕੇ ਦੁੱਧ ਮਿਲਣੇ ਨੇ ਬੱਚੇ ਨੂੰ ਜਾ ਕੇ ਆਪਾਂ ਦਿਖਾਵਾਂਗੇ ਪੈਂਟਾਂ ਲਾ ਯਾਰ
ਗੜਵੀ ਕੀਤੀ ਬਿਸ਼ਾਰਤ ਦੁੱਧ ਪਾ ਬਰਕਤ ਇੱਕ ਇੱਕ ਹੋ ਗਿਆ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਬਸ ਥੋੜ੍ਹਾ ਜਿਹਾ ਕੱਟ ਇੱਕ ਥਾਂ 'ਚ ਕੱਢ ਦੇ ਲਓ ਭਈਆ ਬਸ ਕਿਉਂ ਥੋੜ੍ਹਾ ਜਿਹਾ ਕੱਟ ਹੀ ਗਏ ਹਲ ਤੱਕ ਤੀਸਰਾ ਬੋਲ ਆਪਾਂ ਹੁਣ ਚਵਾਈ ਕੀਤੀ ਠੀਕ ਹੋ ਗਈ 10 ਕਿਲੋ ਦੋਸਤੋ ਹੈ ਬਾਕੀ ਹਵਾਨਾ ਪਹਿਲੇ ਦੇਖ ਲੈਣਾ ਹੈ ਤੇ ਵੀਡੀਓ ਦੇ ਹੁਣ ਭਰਾਵਾਂ ਨੂੰ ਦਿਖਾ ਵੀ ਇੱਧਰ ਦੇ ਆ ਵੇਖ ਲਓ ਜੀ ਨਿੰਬੂ ਤਰ੍ਹਾਂ ਨਿਚੋੜ ਕਰ ਗਈ ਹਵਾਨਾ ਬਿਲਕੁਲ ਨਿੰਬੂ ਥਣ ਵੀ ਹੁਣ ਦਿਖਾ ਦੇ ਠੀਕ ਹੋ ਗਿਆ ਬਾਕੀ ਆਪਾਂ ਭਾਈ ਫਾਕਤ ਨਾਲ ਵੀ ਗੱਲਾਂ ਬਾਤਾਂ ਕਰ ਲੈਂਦੇ ਹਾਂ ਇੱਧਰ ਦਿਖਾ ਦੇ ਭਰਾਵਾਂ ਨੂੰ ਵੀ ਐਵੇਂ ਵੇਖ ਹੈਗਾ ਨਾ ਬਿਲਕੁਲ ਪੀਲਾ ਬਿਲਕੁਲ ਬੋਲਾ ਲੱਗ ਗਿਆ ਬੋਲਾ ਜਨਾਬ ਤੀਸਰੀ ਚਵਾਈ ਹੈ ਚੌਥੀ ਹੋਵੇ ਆਪਾਂ ਇਸ ਗੱਲ ਦੇ ਵੀ ਦੋਵੇਂ ਸਾਹਮਣੇ ਬੈਠਾ ਕੀਤੀ ਸੀ ਰਾਤੀ ਕੀਤੀ ਹੈ ਦੂਸਰੀ ਅੱਜ ਸਵੇਰ ਕਿਤੇ ਦੂਸਰੀ ਹੁਣ ਤੀਸਰੀ ਚਵਾਈ ਅੱਛਾ ਭਾਈ ਪਿਆਰ ਮੁਹੱਬਤ ਹਾਂ ਜੀ ਉਹ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੈ ਇਹਦਾ ਪਹਿਲਾ ਤਾਂ ਦੱਸੋ ਮੈਨੂੰ ਸੁਬਾ ਸੁਬਾ ਭਾਈ ਆਸਮ ਦੂਸਰਾ ਹੈ ਅੱਛਾ ਦੂਸਰਾ ਸੁਬਾ ਹੈ ਹਾਂ ਇਹ ਕਿੰਨੇ ਦਿਨਾਂ ਦੀ ਆ ਜਦ ਕਿੰਨੀ ਵੀ ਚਵਾਈ ਤੀਸਰੀ ਚਵਾਈ ਹੁਣ ਕੀਤੀ ਹੈ ਚੌਥੀ ਹੋਵੇ ਆਪਾਂ ਜ਼ਿੰਮੇਦਾਰ ਹੈ ਅੱਛਾ ਠੀਕ ਹੋ ਗਿਆ ਹਾਂ ਜੀ ਕੱਲ ਮਗਰ ਮਗਰ ਬੱਚੀ ਆ ਬਲਕ ਪਿੰਕ ਨੋਜ਼ ਵਾਲੀ ਪਿੰਕ ਨੋਜ਼ ਵਾਲੀ ਠੀਕ ਹੋ ਲਾਲ ਡੱਬੀ ਤੇ ਇਹਦਾ ਪਿਛਲੇ ਸੁਬੇ ਦਾ ਮਿਲਕ ਰਿਕਾਰਡ ਗਈ ਸੀ ਇਹ ਭਾਈ ਆਸਮ ਮਾਲਕ ਘਰੇਲੂ ਗਾਂ ਸੀ ਕੋਈ ਫਾਰਮ ਦੀ ਨਹੀਂ ਕੋਈ ਕਿਤੋਂ ਨਹੀਂ ਇਹਦਾ ਪਿਛਲੇ ਸੁਬੇ ਦਾ ਜਿਹੜਾ ਰਿਕਾਰਡ ਹੈ ਨਾ ਉਹ ਕਹਿੰਦੇ ਨੇ ਕਿ 25-26 ਕਿਲੋ ਰਿਕਾਰਡ ਇਹਦਾ ਪਿਛਲੇ ਸੁਬੇ ਦਾ ਪਹਿਲਾਂ 26 ਲੀਟਰ 25-26 ਲੀਟਰ ਡਾਂਗ ਵਰਗਾ ਠੀਕ ਹੋ ਗਿਆ ਇਸ ਦਫਾ ਫਿਰ ਕਿੰਨਾ ਕਰੇਗਾ ਅੱਲਾ ਦੇ ਹੁਕਮ ਨਾਲ ਇਸ ਤੋਂ ਟਾਪ ਕਰੇਗੀ ਲੇਕਿਨ ਆਪਾਂ ਹਾਜ਼ਰ ਮੌਕੇ ਕਿੰਨਾ ਚਵਾਵਾਂਗੇ ਹਾਜ਼ਰ ਮੌਕੇ ਆਪਣੇ ਕੋਲ ਜਿਹੜਾ ਭਰਾ ਵੇ ਤਿੰਨ ਟਾਈਮ ਇਹਦੀ ਪਿਛਲੇ ਸੁਬੇ ਚਵਾਈ ਹੁੰਦੀ ਰਹੀ ਤਿੰਨ ਟਾਈਮ ਹੀ ਆਪਾਂ ਇੱਥੇ ਕਰਾਵਾਂਗੇ ਤਿੰਨ ਟਾਈਮ ਚਵਾਈ ਹੁੰਦੀ ਰਹੀ ਤਿੰਨ ਟਾਈਮ ਚਵਾਈਆ ਹੁਣ ਮੈਂ ਚੋ ਲਈਏ ਜਿਹੜਾ ਭਰਾ ਵੇ ਤਿੰਨ ਟਾਈਮ ਮੇਰੇ ਕੋਲ ਬਹਿ ਕੇ ਤਿੰਨ ਟਾਈਮ ਚਵਾਈ ਕਰਕੇ ਲੈ ਕੇ ਜਾਵੇਗਾ ਕੀ ਅੱਛਾ ਜੀ ਕਿੰਨਾ ਦੁੱਧ ਚਵਾ ਰਿਹਾ ਹਾਜ਼ਰ ਮੌਕੇ ਤਿੰਨਾਂ ਟਾਈਮਾਂ ਦਾ ਚਵਾਵਾਂਗਾ ਭਾਈ ਅਸਾਂ 20-22 ਕਿਲੋ 20-22 ਕਿਲੋ 20-22 ਕਿਲੋ 20 ਕਿਲੋ ਦੀ ਮੈਂ ਗਰੰਟੀ ਦਿੰਦਾ 20 ਕਿਲੋ ਤਿੰਨਾਂ ਟਾਈਮਾਂ ਦੀ ਚਵਾਈ ਨਾ ਕਰਾਵਾਂ ਇਸ ਗੱਲ ਦਾ ਮੈਂ ਜ਼ਿੰਮੇਦਾਰ ਹਾਂ ਚੌਥੇ ਪੰਜਵੇਂ ਬੌਲੇ ਦੀ ਠੀਕ ਹੋ ਗਿਆ ਹਾਂ ਜੇ ਕੋਈ ਬੰਦਾ ਚਾਰ ਦਿਨ ਖਲੋ ਕੇ ਚੋਵੇ ਤੇ ਅੱਲਾ ਦੇ ਹੁਕਮ ਨਾਲ 25-26 ਲੀਟਰ ਹੀ ਕਰੇ ਬਾਕੀ ਜਾਨਵਰ ਬਿਮਾਰ ਤਾਂ ਨਹੀਂ ਕਿਸੇ ਕਿਸਮ ਦਾ ਚੁੰਘਦਾ ਤਾਂ ਨਹੀਂ ਚੁੰਘਦਾ ਹੋਵੇ ਬਿਮਾਰ ਹੋਵੇ ਜੇਰ ਰਹੀ ਹੋਵੇ ਕਿਸੇ ਕਿਸਮ ਦਾ ਆਪਣਾ ਇਸ ਗੱਲ ਦੀ ਗਰੰਟੀ ਪਿਆਰ ਮੁਹੱਬਤ ਵਾਲਾ ਮੁੱਲ ਪਿਆਰ ਮੁਹੱਬਤ ਵਾਲੇ ਦਾ ਮੁੱਲ ਭਾਈ ਅਸਮ ਆਪਾਂ ਮਾਸ਼ਾਅੱਲਾ ਉਨਾ ਹੀ ਲਾਵਾਂਗੇ ਜਿਹਨੇ ਦੀ ਆਪਣੀ ਵੇਚ ਲੈਣੀ ਆ ਚਲੋ ਹੁਕਮ ਕਰੋ 3,30,000 ਰੁਪਏ 3,30,000 ਰੁਪਏ 3,30,000 ਇਹਦੇ ਵਿੱਚੋਂ ਕੋਈ ਪਿਆਰ ਮੁਹੱਬਤ ਮੌਕੇ ਤੇ ਹੋ ਜਾਏਗੀ ਮੌਕੇ ਤੇ ਆਏ ਦੀ ਜੋ ਕਰਾਂਗੇ ਤਾਂ ਫਿਰ ਤਿੰਨ ਟਾਈਮ ਚਵਾਈ ਕਰਕੇ ਫਿਰ ਮੈਨੂੰ ਕਰੇ
ਜੇ ਸਵੇਰ ਨੂੰ ਆਵੇ ਆਣ ਕੇ ਦੇਖੇ ਬਾਹਲਾ ਉਹਨੂੰ ਬਕਾਇਦਾ ਗਰਮ ਕਰਕੇ ਵੀਰ ਨੂੰ ਪਿਆਵਾਂਗੇ ਜਿਹੜਾ ਲੈ ਕੇ ਜਾਵੇਗਾ। ਚਲੋ ਬਹੁਤ ਸ਼ੁਕਰੀਆ ਜਨਾਬ। ਹਾਂਜੀ ਦੋਸਤੋ, 3,30,000 ਰੁਪਇਆ ਫਾਈਨਲ ਜਿਹਾ ਰੇਟ ਕੀਤਾ। ਜਿਹੜਾ ਮੇਰਾ ਵੀਰ ਇਸ ਜਾਨਵਰ ਦੀ ਖਰੀਦਦਾਰੀ ਕਰਨਾ ਚਾਹੇ ਖਰੀਦਦਾਰੀ ਕਰ ਸਕਦਾ ਹੈ। ਮੇਰਾ ਮੋਬਾਈਲ ਨੰਬਰ ਔਰ ਵਟਸਐਪ ਨੰਬਰ ਨੀਚੇ ਸਕਰੀਨ 'ਤੇ ਵੀ ਚੱਲ ਰਿਹਾ ਹੁੰਦਾ ਹੈ। 03019219999 03019219999 ਮੇਰਾ ਮੋਬਾਈਲ ਨੰਬਰ ਆ। ਵਟਸਐਪ ਇਹਦੇ 'ਤੇ ਮੌਜੂਦ ਆ, ਤੁਸੀਂ ਮੇਰੇ ਨਾਲ ਰਾਬਤਾ ਕਰ ਸਕਦੇ ਜੋ। ਬਾਕੀ ਮੈਂ ਉਮੀਦ ਕਰਾਂਗਾ ਕਿ ਜਿਹੜੇ ਦੋਸਤ ਮੈਨੂੰ ਚਾਹੁੰਦੇ ਨੇ, ਮੇਰੇ ਵੀਰ ਮੁਹੱਬਤ ਰੱਖਦੇ ਨੇ, ਇਨਸ਼ਾਅੱਲਾ ਮੇਰੀ ਵੀਡੀਓ ਨੂੰ ਲਾਈਕ ਵੀ ਕਰਨ ਦੇ। ਬਾਕੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਆ, ਸਬਸਕ੍ਰਾਈਬ ਵੀ ਕਰਨ ਦੇ। ਬਾਕੀ ਇਸ ਵੀਡੀਓ ਤੋਂ ਦੇਣੀ ਹੈ ਮੈਨੂੰ ਇਜਾਜ਼ਤ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।